ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਰਿਲੀਜੀਅਸ ਸੈਗਮੈਂਟ ਵਿੱਚ। ਪਿਛਲੇ ਕੁਝ ਹਫ਼ਤਿਆਂ ਤੋਂ ਸਾਡੇ ਨਾਲ ਸਾਂਝ ਪਾਈ ਜਾ ਰਹੀ ਹੈ ਭਾਈ ਸਾਹਿਬ ਭਾਈ ਸਵਰਨ ਸਿੰਘ ਜੀ ਵੱਲੋਂ, ਜਿਹੜੇ ਕਿ ਇੱਥੇ ਆ ਕੇ ਸਾਡੇ ਨਾਲ ਗੁਰੂ ਸਾਹਿਬਾਨ ਦੇ ਜੀਵਨ ਵਿੱਚੋਂ ਕੀ ਮੁੱਖ ਤੌਰ ਦੇ ਉੱਤੇ ਉਹਨਾਂ ਦੀ ਦੇਣ ਹੈ ਉਸ ਦੇ ਬਾਰੇ ਗੱਲਬਾਤ ਕਰ ਰਹੇ ਨੇ। ਪਿਛਲੀ ਵਾਰ ਅਸੀਂ ਗੁਰੂ ਅਮਰਦਾਸ ਜੀ ਦੇ ਸੰਬੰਧ ਵਿੱਚ ਜਾਣਕਾਰੀ ਲਈ ਸੀ ਅਤੇ ਭਾਈ ਸਵਰਨ ਸਿੰਘ ਜੀ ਨੇ ਸਾਨੂੰ ਦੱਸਿਆ ਸੀ ਕਿ ਕਿਸ ਤਰੀਕੇ ਨਾਲ ਬਰਾਬਰਤਾ ਦਾ ਸੰਕਲਪ ਜੋ ਹੈ ਉਹਨਾਂ ਨੇ ਉਜਾਗਰ ਕੀਤਾ ਅਤੇ ਉਸ ਸਮੇਂ ਦੇ ਵਿੱਚ ਜਦੋਂ ਕਿ ਲੋਕਾਂ ਨੂੰ ਬਰਾਬਰ ਨਹੀਂ ਸਮਝਿਆ ਜਾਂਦਾ ਸੀ ਉਹਨਾਂ ਨੇ ਇਹ ਸਟਰੋਂਗ ਸਟੈਪ ਲਿਆ ਸੀ। ਆਓ ਉਸੀ ਸੰਬੰਧ ਵਿੱਚ ਹੋਰ ਜਾਣਕਾਰੀ ਲੈ ਕੇ ਗੁਰੂ ਰਾਮਦਾਸ ਜੀ ਦੇ ਬਾਰੇ ਵੀ ਆਓ ਜਾਣਕਾਰੀ ਲੈਂਦੇ ਹਾਂ, ਗਿਆਨੀ ਸਵਰਨ ਸਿੰਘ ਜੀ ਤੋਂ। ਗਿਆਨੀ ਜੀ ਜੈ ਨੂੰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਪਿਛਲੀ ਵਾਰ ਜੋ ਤੁਸੀਂ ਗੱਲ ਕੀਤੀ ਜੀ ਬਰਾਬਰਤਾ ਦੇ ਸੰਬੰਧ ਵਿੱਚ, ਕਿਹਾ ਸੀ ਤੁਸੀਂ ਕਿ ਅੱਜ ਅਸੀਂ ਹਨੇਰੇ 'ਚ ਇਸ ਕਰਕੇ ਹਾਂ ਕਿਉਂਕਿ ਅਸੀਂ ਗੁਰੂ ਦੇ ਸਿਧਾਂਤ ਨਾਲ ਜੁੜ ਨਹੀਂ ਸਕ ਰਹੇ। ਅਸੀਂ ਲਫਜ਼ੀ ਤੌਰ ਦੇ ਉੱਤੇ ਤਾਂ ਮੱਥਾ ਟੇਕ ਲੈਂਦੇ ਹਾਂ ਉਹਨਾਂ ਦੀ ਗੱਲਾਂ ਨੂੰ, ਲੇਕਿਨ ਜਦੋਂ ਸਾਡੇ ਸਿਰ 'ਤੇ ਪੈਂਦੀ ਤਾਂ ਅਸੀਂ ਭੱਜ ਜਾਂਦੇ ਹੈਗੇ ਹਾਂ। ਗੁਰੂ ਸਾਹਿਬ ਦੇ ਜੀਵਨ ਵਿੱਚੋਂ ਹਰ ਇੱਕ ਗੁਰੂ ਦੀ ਜੋ ਸਮਾਂ ਉਹਨਾਂ ਨੇ ਇਸ ਜੱਗ ਵਿੱਚ ਆ ਕੇ ਬਿਤਾਇਆ ਉਸ ਵਿੱਚ ਕੋਈ ਨਾ ਕੋਈ ਸਿਧਾਂਤਕ ਤੀ ਜਿਹੜੀ ਸੀ ਉਸ ਨਾਲ ਸਾਨੂੰ ਜੋੜਿਆ। ਸੋ ਇਸੀ ਸਫ਼ਰ ਵਿੱਚ ਸਾਨੂੰ ਹੋਰ ਦੱਸੋ ਜੀ ਕਿ ਕੁਝ ਅਸੀਂ ਹੋਰ ਸਿੱਖ ਸਕਦੇ ਹਾਂ। ਦੇਖੋ ਜਿਹੜਾ ਯੁੱਗ ਗੁਰੂ ਸਾਹਿਬਾਨ ਦਾ ਨਾ, ਜੇ ਅਸੀਂ ਉਹਨੂੰ ਕੰਪੇਅਰ ਕਰੀਏ ਵਰਲਡ ਨਾਲ ਜੀ, ਤਾਂ ਸਾਨੂੰ ਪਤਾ ਹੋਣਾ ਚਾਹੀਦਾ ਕਿ ਉਸ ਵਕਤ ਰੈਨਾਸੈਂਸ ਮੂਵਮੈਂਟ ਯੂਰਪ ਵਿੱਚ ਚੱਲ ਰਹੀ ਸੀ, ਇੰਡਸਟਰੀਅਲ ਰੈਵੋਲਿਊਸ਼ਨ ਆ ਰਿਹਾ ਸੀ ਔਰ ਲੋਕ ਯੂਰਪ ਦੇ ਲੋਕ ਜਾਗਰਤੀ ਵਿੱਚ ਆ ਰਹੇ ਸੀ ਅਤੇ ਦੂਸਰੇ ਪਾਸੇ ਉਸ ਵੇਲੇ ਵਿਗਿਆਨ ਦਾ ਵੀ ਬਹੁਤ ਵੱਡਾ ਯੁੱਗ ਪਲਟਣਾ ਸ਼ੁਰੂ ਹੋ ਗਿਆ ਸੀ, ਖੋਜ ਸ਼ੁਰੂ ਹੋ ਗਈ ਸੀ। ਜਦੋਂ ਵਿਗਿਆਨ ਦਾ ਯੁੱਗ ਸ਼ੁਰੂ ਹੋਇਆ ਅਤੇ ਇੰਡਸਟਰੀਅਲ ਰੈਵੋਲਿਊਸ਼ਨ ਸ਼ੁਰੂ ਹੋਈ ਅਤੇ ਰੈਨਾਸੈਂਸ ਮੂਵਮੈਂਟ ਚੱਲੀ, ਰੈਫਰਮੇਸ਼ਨ ਚੱਲੀ, ਉਹਦੇ ਵਿੱਚ ਕਾਫੀ ਹੱਦ ਤੱਕ ਜਿੱਦਾਂ ਪ੍ਰੋਟੈਸਟੈਂਟ ਧਰਮ ਪੈਦਾ ਹੋਇਆ ਕਿਉਂਕਿ ਉਹ ਲੁੱਟ ਸੁੱਟ ਦੇ ਖਿਲਾਫ਼ ਇੱਕ ਆਵਾਜ਼ ਸੀਗੀ ਜੀ। ਅਤੇ ਉਸ ਵਕਤ ਜਿਹੜੀ ਉਸ ਵੇਲੇ ਧਾਰਮਿਕ ਆਗੂ ਸੀ ਜਿਹਨੂੰ ਆਪਾਂ ਕੈਥੋਲਿਕਸ ਕਹਿ ਸਕਦੇ ਹਾਂ, ਉਹ ਬੜੇ ਤਾਕਤਵਰ ਉਸ ਵੇਲੇ ਉਹਨਾਂ ਦੇ ਜਥੇਬੰਦੀ ਸੀ ਔਰ ਸਾਰਾ ਜਿਹੜਾ ਕਾਨੂੰਨ ਸੀ, ਜੋ ਵੀ ਤਾਕਤ ਸੀਗੀ ਕਾਨੂੰਨੀ ਤੌਰ 'ਤੇ, ਸਾਰੀ ਉਹਨਾਂ ਦੇ ਹੱਥ ਵਿੱਚ ਸੀਗੀ ਜੀ। ਅਤੇ ਉਹਨਾਂ ਦੇ ਖਿਲਾਫ਼ ਕੋਈ ਵੀ ਬੰਦਾ ਸੱਚ ਦੀ ਗੱਲ ਕਰੇ ਅਤੇ ਉਹਨੂੰ ਉਹ ਮੌਤ ਦੀ ਸਜ਼ਾ ਬੜੀ ਸਖਤੀ ਨਾਲ ਦਿੰਦੇ ਸੀ ਜੀ। ਔਰ ਉਹਨਾਂ ਨੇ ਕਿਹਾ ਵੀ ਕੋਈ ਬੰਦਾ ਵੀ ਜੋ ਬਾਈਬਲ ਸਾਡੇ ਵਿੱਚ ਲਿਖਿਆ ਹੈਗਾ ਉਹਦੇ ਬਾਰੇ ਕੋਈ ਟੀਕਾ ਟਿੱਪਣੀ ਨਹੀਂ ਕਰ ਸਕਦਾ। ਟੀਕਾ ਟਿੱਪਣੀ ਤਾਂ ਖੈਰ ਕਿਸੇ ਨੇ ਕੀ ਕਰਨੀ ਸੀ, ਕੋਈ ਉਹਦੇ ਬਾਰੇ ਜੋ ਕੁਛ ਸਾਡਾ ਲਿਖਿਆ ਹੋਇਆ ਉਹਦੇ ਬਾਰੇ ਸੱਚਾਈ ਨਹੀਂ ਕੋਈ ਦੱਸ ਸਕਦਾ, ਲੋਕਾਂ ਦੇ ਸਾਹਮਣੇ ਨਹੀਂ ਜਾ ਸਕਦਾ। ਇਹ ਯੁੱਗ ਉਹੋ ਹੀ ਸੀ ਜਦੋਂ ਗੁਰੂ ਨਾਨਕ ਦੇਵ ਜੀ ਵੀ ਉਸ ਵੇਲੇ ਸੰਸਾਰ ਵਿੱਚ ਆਏ ਜੀ। ਅਤੇ ਉਸ ਯੁੱਗ ਦੇ ਵਿੱਚ ਕਈਆਂ ਲੋਕਾਂ ਨੂੰ ਇਸ ਧਰਮ ਦੇ ਆਗੂਆਂ ਨੇ ਇਸੇ ਮਕਸਦ ਲਈ, ਜਿਨ੍ਹਾਂ ਨੇ ਇਹ ਕਹਿ ਦਿੱਤਾ ਕਿ ਧਰਤੀ ਜਿਹੜੀ ਹੈਗੀ ਆ ਉਹ ਘੁੰਮਦੀ ਹੈ ਅਤੇ ਸੂਰਜ ਜਿਹੜਾ ਖੜ੍ਹਾ ਹੈ, ਨਿਊਟਨ ਨੇ ਕਿਹਾ ਵੀ ਸਾਡੇ ਗ੍ਰੈਵੀਟੇਸ਼ਨ ਫੋਰਸ ਹੈਗੀ ਆ ਜਿਹੜੀ ਕਿ ਇੱਕ ਦੂਜੇ ਵੱਲ ਖਿੱਚਦੀ ਆ, ਜਿਹਦੇ ਕਰਕੇ ਸੂਰਜ ਦੇ ਦੁਆਲੇ ਇੰਨੇ ਪਲੈਨਟ ਘੁੰਮਦੇ ਆ। ਔਰ ਉਹਨੇ ਕਿਹਾ ਵੀ ਹੋਰ ਵੀ ਹਜ਼ਾਰਾਂ ਪਲੈਨਟ ਹੈਗੇ ਆ, ਇਕੱਲਾ ਇਹ ਹੀ ਨਹੀਂ ਹੈਗਾ। ਹੁਣ ਇਹ ਵਿਚਾਰ ਜਿਹੜੀ ਸੀ ਉਹਨਾਂ ਨੇ ਚਾਹੇ ਤਾਂ ਬਰੂਨੋ ਵਰਗੇ ਨੇ ਆਖਿਆ ਕਿ ਮੈਨੂੰ ਵਾਇਸਿਸ ਮਿਲੀਆਂ, ਮੇਰੇ ਅੰਦਰ ਇਲਹਾਮ ਹੋਇਆ ਅਤੇ ਮੈਂ ਉਹਦੇ ਬੇਸ 'ਤੇ ਕਹਿ ਰਿਹਾ, ਪਰ ਉਹ ਕਹਿੰਦੇ ਸੀ ਮੈਂ ਸਾਨੂੰ ਸਬੂਤ ਦੇ। ਸਬੂਤ ਉਹਦੇ ਕੋਲ ਸਿਰਫ ਕੋਈ ਹੈ ਨਹੀਂ ਸੀ, ਦੱਸ ਨਹੀਂ ਸਕਦਾ ਸੀ ਕਿਉਂਕਿ ਉਸ ਵੇਲੇ ਦੂਰਬੀਨਾਂ ਨਹੀਂ ਸੀ ਬਣੀਆਂ। ਅਤੇ ਉਸ ਵੇਲੇ ਧਾਰਮਿਕ ਆਗੂਆਂ ਨੇ, ਵੇਖੋ ਉਹਦੇ ਦੀ ਅਦਾਲਤ ਵਿੱਚ ਕੀ ਹੁੰਦਾ, ਸਿਵਾਏ ਇਹਦੇ ਕੋਈ ਸੱਚ ਨੂੰ ਅਪਣਾਉਂਦੇ, ਉਹਨਾਂ ਨੇ ਉਸਦੀ ਜੀਵ ਨੂੰ ਸੀਨ ਦਿੱਤਾ ਔਰ ਮੂੰਹ ਨੂੰ ਸਾਰੇ ਨੂੰ ਸੀਨ ਦਿੱਤਾ ਔਰ ਅੱਗ ਵਿੱਚ ਪਾ ਕੇ ਤਾਂ ਉਹਨੂੰ ਬੁਰੀ ਤਰ੍ਹਾਂ ਸਾੜ ਦਿੱਤਾ। ਹੁਣ ਉਹ ਵਕਤ ਸੀ ਉਸ ਵੇਲੇ ਜੀ, ਉਸ ਵੇਲੇ ਜਿਹੜੀ ਲੇਬਰ ਕਲਾਸ ਸੀਗੀ, ਜਿਹੜੇ ਇਹ ਵੀ ਉਸ ਵੇਲੇ ਇਨਕਲਾਬ ਆ ਰਿਹਾ ਸੀ, ਫਰੈਂਚ ਰੈਵੋਲਿਊਸ਼ਨ ਦਾ ਆਉਣ ਦਾ ਟਾਈਮ ਸੀ ਜੀ। ਅਤੇ ਮੇਰਾ ਮਤਲਬ ਇੱਕ ਮਾਡਰਨ ਯੁੱਗ ਦਾ ਇੱਕ ਆਗਾਜ਼ ਸੀ, ਉਸ ਮਾਡਰਨ ਯੁੱਗ ਦੇ ਆਗਾਜ਼ ਆਪਣੇ ਯੂਰਪ ਦੇ ਵਿੱਚ ਆਉਣਾ ਇੱਕ ਲਹਿਰ ਬਣਨੀ ਸੀ ਆਉਣ ਵਾਲੇ ਸਮੇਂ ਵਿੱਚ, ਜਿਸ ਲਹਿਰ ਦਾ ਤੁਸੀਂ ਅੱਜ ਨਤੀਜਾ ਤੁਸੀਂ ਵੇਖ ਰਹੇ ਹੋ। ਗੁਰੂ ਨਾਨਕ ਦੇਵ ਜੀ ਨੇ ਦੇ ਸਮੇਂ ਧਰਮ ਦੇ ਨਾਂ ਦੇ ਉੱਤੇ ਜਿੱਥੇ ਈਸਾਈਆਂ ਨੇ ਜ਼ੁਲਮ ਕਰਨਾ ਸ਼ੁਰੂ ਕੀਤਾ ਉਹਨਾਂ ਲੋਕਾਂ ਦੇ ਜਿਹੜੇ ਸੱਚ 'ਤੇ ਚੱਲਣ ਵਾਲੇ ਸੀ, ਉਧਰਲੇ ਪਾਸੇ ਜਿਹੜੇ ਇਸਲਾਮ ਕਬੂਲ ਕਰਨ ਵਾਲੇ ਸੀ ਜਾਂ ਇਸਲਾਮਿਕ ਲੀਡਰ ਸੀ, ਉਹਨਾਂ ਨੇ ਵੀ ਇਹ ਕੰਮ ਫੜਿਆ ਸੀਗਾ ਕਿ ਗੈਰ ਇਸਲਾਮੀਆਂ ਨੂੰ ਉਹਨਾਂ ਨੇ ਤਬਾਹ ਕਰਨਾ ਹੀ ਕਰਨਾ, ਭਾਵੇਂ ਕਿ ਮਜ਼ਹਬ ਦੇ ਨਾਂ ਦੇ ਉੱਤੇ ਉਹਨਾਂ ਨੇ ਵੀ ਤਬਾਹੀ ਮਚਾਈ ਹੋਈ ਸੀ ਅਤੇ ਮੂਹਰੇ ਕੋਈ ਡਰਦਾ ਮਾਰਾ ਉੱਠਦਾ ਨਹੀਂ ਸੀ। ਅਤੇ ਇਸੇ ਤਰੀਕੇ ਨਾਲ ਬ੍ਰਾਹਮਣ ਨੇ ਵੀ ਆਪਣਾ ਖੂਬ ਲੋਟੂ ਟੋਲਾ ਜਿਹੜਾ ਤਾਕਤ ਵਿੱਚ ਰੱਖਿਆ। ਜੋ ਮਨੁੱਖ ਦੀ ਇਕੋਨਮੀ ਸੀ, ਜੋ ਮਨੁੱਖ ਦਾ
ਕਮਾਈ ਸੀ ਸਾਰੀ ਲੁੱਟ ਲੁੱਟ ਕੇ ਤਾਂ ਮੰਦਰਾਂ ਵਿੱਚ ਰੱਖੀ ਸੀ। ਜਿਸ ਤਰ੍ਹਾਂ ਅੱਜ ਵੀ ਤੁਹਾਨੂੰ ਪਤਾ ਕਿ 3 ਮੰਦਰਾਂ ਵਿੱਚ 20 ਲੱਖ ਟਨ ਸੋਨਾ ਪਿਆ। ਅੱਜ ਉਹ ਕਿੱਥੋਂ ਆਉਂਦਾ? ਲੋਕਾਂ ਕੋਲੋਂ ਹੀ। ਉਹ ਕਿਹਦੇ ਬੇਸ 'ਤੇ ਆਉਂਦਾ? ਸਿਰਫ ਇੱਕ ਧਰਮ ਦੇ ਜਿਹੜੇ ਕਰਮ ਕਾਂਡ ਹੈਗੇ ਉਹਦੇ ਬੇਸ ਦੇ ਉੱਤੇ ਲੋਕ ਦੇ ਹੀ ਜਾਂਦੇ ਆ। ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਉਹਦੇ ਵਿੱਚ ਕੋਈ ਰੂਹਾਨੀ ਮੈਸੇਜ ਤਾਂ ਮਿਲਦਾ ਨਹੀਂ, ਪਰ ਇਹ ਕੰਮ ਜਿਹੜਾ ਸੀ ਗੁਰੂ ਨਾਨਕ ਦੇਵ ਜੀ ਦੇ ਸਮੇਂ, ਜਿਹੜਾ ਗੁਰੂ ਨਾਨਕ ਦੇਵ ਜੀ ਦਾ ਆਈਡੀਆ ਸੀ। ਮੈਂ ਫਿਰ ਇੱਕ ਬੇਨਤੀ ਕਰਾਂ ਸੰਗਤਾਂ ਨੂੰ ਕਿ ਗੁਰੂ ਨਾਨਕ ਦੇਵ ਜੀ ਇਸ ਸੰਸਾਰ ਵਿੱਚ ਰੱਬ ਦੀ ਪੂਜਾ ਨਹੀਂ ਕਰਾਉਣ ਆਏ, ਆਪਣੀ ਵੀ ਨਹੀਂ ਕਰਾਉਣ ਆਏ, ਰੱਬ ਦੇ ਬੰਦਿਆਂ ਨੂੰ ਰੱਬ ਦੇ ਬਾਰੇ ਦੱਸਣ ਆਏ ਜੀ, ਤਾਂ ਕਿ ਲੋਕ ਰੱਬ ਨੂੰ ਸਮਝ ਕੇ ਅਤੇ ਉਸ ਰੱਬ ਦੀ ਅਗੰਮੀ ਸ਼ਕਤੀ ਤੋਂ ਲਾਭ ਉਠਾ ਕੇ ਆਪਣੇ ਜੀਵਨ ਦੇ ਪੱਧਰ ਨੂੰ ਉੱਚਾ ਕਰ ਸਕਣ ਜੀ। ਇਹ ਵਿਚਾਰ ਸੀ, ਨਾ ਕਿ ਕਿਉਂਕਿ ਉਹਨਾਂ ਦੇ ਜਿਹੜਾ ਸੋਚ ਹੈਗੀ ਰੱਬ ਦੀ ਉਹ ਇਸ ਤਰ੍ਹਾਂ ਦੀ ਸੋਚ। ਮੈਂ ਹੈਰਾਨ ਹਾਂ ਕਿ ਰੱਬ ਪੂਜਾ ਨਹੀਂ ਕਰਾਉਂਦਾ ਜੀ, ਅਤੇ ਰੱਬ ਕਦੀ ਨਾਰਾਜ਼ ਨਹੀਂ ਹੁੰਦਾ, ਰੱਬ ਨੂੰ ਤੁਸੀਂ ਖੁਸ਼ ਨਹੀਂ ਕਰ ਸਕਦੇ। ਔਰ ਮੈਂ ਤਾਂ ਕਰੋੜਾਂ ਅਰਬਾਂ ਰੁਪਈਏ ਜਾਂ ਡਾਲਰ ਲੋਕ ਇਸ ਕਰਕੇ ਵੇਸਟ ਕਰਦੇ ਆ ਕਿ ਅਸੀਂ ਅੱਜ ਆਪਣੇ ਦੇਵੀ ਦੇਵਤੇ ਨੂੰ ਜਾਂ ਆਪਣੇ ਰੱਬ ਨੂੰ ਅਸੀਂ ਖੁਸ਼ ਕਰਨ ਚੱਲੇ ਹਾਂ। ਹੁਣ ਹਿੰਦੁਸਤਾਨ ਦੀ ਮੀਡੀਆ ਵਿੱਚ ਰੌਲਾ ਪੈ ਰਿਹਾ ਕਿ ਰੱਬ ਨੂੰ ਪੈਸਾ ਨਹੀਂ ਚਾਹੀਦਾ, ਰੱਬ ਨੂੰ ਸੋਨਾ ਨਹੀਂ ਚਾਹੀਦਾ, ਰੱਬ ਨੂੰ ਧਨ ਨਹੀਂ ਚਾਹੀਦਾ, ਲੋਕੋ ਤੁਸੀਂ ਇੱਥੇ ਨਾ ਦੇਵੋ, ਤੁਸੀਂ ਗਰੀਬਾਂ ਦੀ ਮਦਦ ਕਰੋ, ਹਿੰਦੁਸਤਾਨ ਦੀ ਇਕੋਨਮੀ ਦਾ ਜਿਹੜਾ ਕੇਂਦਰ ਹੈਗਾ ਉਹ ਜੋ ਵਰਥ ਸਾਡਾ ਨੈਤ ਉੱਥੇ ਜਮ੍ਹਾਂ ਹੋ ਰਿਹਾ। ਕਹਿਣ ਦਾ ਮੇਰਾ ਮਤਲਬ ਕਿ ਇਹਦੇ ਨਾਲ ਗਰੀਬੀ ਵੱਧਦੀ ਆ। ਹੁਣ ਜਦੋਂ ਗਰੀਬੀ ਵੱਧਦੀ ਆ ਤਾਂ ਉਹ ਗਰੀਬ ਚਾਹੀਦੇ ਆ, ਕਿਉਂਕਿ ਗਰੀਬੀ ਵੀ ਇੱਕ ਭਾਈ ਸਾਹਿਬ ਬੜੀ ਵੱਡੀ ਬਿਜ਼ਨਸ ਵਾ। ਜਿੰਨੇ ਗਰੀਬ ਲੋਕਾਂ 'ਚ ਰੱਖੋਗੇ, ਗਰੀਬੀ ਰੱਖੋਗੇ, ਉਨਾ ਤੁਹਾਡਾ ਕਾਰੋਬਾਰ ਚੱਲੇਗਾ। ਪਾਪ ਕਿ ਇੱਕ ਲੁੱਟਣ ਦਾ ਇੱਕ ਸਾਧਨ ਬਣਿਆ ਰਹੇਗਾ। ਗਰੀਬ ਬੰਦਾ ਗਿਆਨਵਾਨ ਨਹੀਂ ਹੋਏਗਾ, ਜੇ ਉਹ ਗਿਆਨਵਾਨ ਨਹੀਂ ਹੋਏਗਾ ਤਾਂ ਅਗਿਆਨੀ ਹੋਏਗਾ, ਅਗਿਆਨੀ ਹੋਏਗਾ ਤਾਂ ਲੁੱਟਿਆ ਜਾਏਗਾ। ਸੋ ਇਸ ਕਰਕੇ ਇਹ ਜਿਹੜਾ ਫਿਤਰਤ ਚੱਲੀ ਆ ਰਹੀ ਸੀ ਇਹਨੂੰ ਗੁਰੂ ਅਮਰਦਾਸ ਜੀ ਨੇ ਹਾਈਲਾਈਟ ਕੀਤਾ। ਹਾਈਲਾਈਟ ਮੈਂ ਇਸ ਤਰ੍ਹਾਂ ਗਿਣਦਾ ਕਿ ਵੇਖੋ, 10 ਨੌਵਾਂ ਦੀ ਕਿਰਤ ਕਰਨੀ ਜੀ, ਇਹ ਵੀ ਇੱਕ ਬਹੁਤ ਵੱਡਾ ਇੱਕ ਕਰਤੱਵ ਸੀ। ਜਿਹੜੇ ਬੰਦੇ 10 ਨੌਵਾਂ ਦੀ ਕਿਰਤ ਕਰਦੇ ਨੇ, ਭਾਵ ਕਿ ਆਪਣੀ ਕਮਾਈ ਕਰਦੇ ਨੇ, ਇਮਾਨਦਾਰੀ ਦੇ ਨਾਲ ਕਮਾਈ ਕਰਦੇ ਨੇ, ਉਹਨਾਂ ਲੋਕਾਂ ਦੀ ਸਿਹਤ ਵੀ ਚੰਗੀ ਰਹਿੰਦੀ ਆ, ਔਰ ਲੋਕ ਇਮਾਨਦਾਰ ਵੀ ਹੁੰਦੇ ਆ, ਔਰ ਉਹ ਬੰਦੇ ਗੱਟਸ ਵਾਲੇ ਵੀ ਹੁੰਦੇ ਆ, ਉਹਨਾਂ ਦੇ ਅੰਦਰ ਨਿਡਰਤਾ ਵੀ ਪੈਦਾ ਹੁੰਦੀ ਕਿ ਉਹਨਾਂ ਨੂੰ ਡਰ ਕੋਈ ਨਹੀਂ ਹੁੰਦਾ। ਸੋ ਸਤਿਗੁਰੂ ਜੀ ਦਾ ਇੱਕ ਸਲੋਗਨ ਸੀ ਸਭ ਤੋਂ ਵੱਡਾ, ਕਿਰਤ ਕਰੋ। ਹੁਣ ਕਿਰਤ ਕਰਨ ਵਾਸਤੇ ਬਾਬੇ ਨਾਨਕ ਨੇ ਮੱਝਾਂ ਵਿਚਾਰੀਆਂ, ਬਾਬੇ ਨਾਨਕ ਨੇ ਜਾ ਕੇ ਹੱਟੀ ਵੀ ਕੀਤੀ, ਬਾਬੇ ਨਾਨਕ ਨੇ ਜਾ ਕੇ ਭਾਈ ਲਾਲੋ ਜਾ ਕੇ ਲੱਕੜੀ ਦਾ ਕੰਮ ਵੀ ਕੀਤਾ, ਅਖੀਰ 17 ਸਾਲ ਖੇਤੀ ਵੀ ਕੀਤੀ। ਔਰ ਇਸੇ ਤਰੀਕੇ ਨਾਲ ਸਾਰੇ ਸਤਿਗੁਰੂ ਸਾਹਿਬਾਨ ਦਾ ਜਿਹੜਾ ਮੇਨ ਮਕਸਦ ਸੀ ਕਿ ਅਸੀਂ ਉਹ ਇੱਕ ਪਰੰਪਰਾ ਚਾਲੂ ਕਰਨੀ ਆ, ਇੱਕ ਐਸੀ ਜਨਰੇਸ਼ਨ ਪੈਦਾ ਕਰਨੀ ਆ, ਐਸੇ ਲੋਕ ਇੱਕ ਖੜ੍ਹੇ ਕਰਨੇ ਨੇ, ਐਸੀ ਇੱਕ ਲਹਿਰ ਚਲਾਉਣੀ ਆ ਜਿਹੜੇ ਲੋਕ 10 ਨੌਵਾਂ ਦੀ ਕਿਰਤ ਕਰਨ ਵਾਲੇ ਹੋਣ, ਇਮਾਨਦਾਰ ਹੋਣ, ਔਰ ਉਹਨਾਂ ਦੇ ਅੰਦਰ ਆਪਸ ਵਿੱਚ ਹੀ ਭਰਾਤਰੀ ਭਾਵ ਵੀ ਪੈਦਾ ਹੋਵੇ। ਅਤੇ ਇਸ ਗੱਲ ਨੂੰ ਮੁੱਖ ਰੱਖ ਕੇ ਸਤਿਗੁਰੂ ਸਾਹਿਬਾਨ ਨੇ, ਹਰ ਗੁਰੂ ਨੇ ਆਪਣਾ ਇਹ ਨਿਸ਼ਾਨਾ ਰੱਖਿਆ, ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ। ਇਹਦੇ ਨਾਲ ਕੀ ਹੁੰਦਾ ਕਿ ਤੁਹਾਡਾ ਸਮਾਜਿਕ ਭਾਈਚਾਰਾ ਵੱਧਦਾ ਹੈ। ਹੁਣ ਤੁਸੀਂ ਇੱਕ ਐਗਜ਼ਾਮਪਲ ਲੈ ਲਓ, ਹੁਣ ਵੀ ਲੈ ਲਓ ਛੋਟੀ ਜਿਹੀ ਜੀ, ਕਿ ਜਦੋਂ ਹਿੰਦੁਸਤਾਨ ਵਿੱਚ ਕੋਈ ਮੁਸੀਬਤ ਆਉਂਦੀ ਹੈ ਜਾਂ ਜਿਸ ਤਰ੍ਹਾਂ ਨੈਚੁਰਲ ਡਿਜ਼ਾਸਟਰ ਆਉਂਦਾ ਹੈ, ਕਿਤੇ ਵੀ ਆਉਂਦਾ, ਹੜ੍ਹ ਆ ਗਿਆ, ਕਿਤੇ ਭੂਚਾਲ ਆ ਗਿਆ, ਤੁਸੀਂ ਦੇਖੋ ਬਗੈਰ ਕਿਸੇ ਗਰਜ਼ ਤੋਂ ਸਿੱਖ ਉੱਥੇ ਫਰੀ ਸੇਵਾ ਕਰਦੇ ਆ। ਠੀਕ, ਤੁਸੀਂ ਕਦੀ ਨਹੀਂ ਦੇਖਿਆ ਹੋਵੇਗਾ ਕਿ ਸਿੱਖ ਉੱਥੇ ਜਾ ਕੇ ਲੰਗਰ ਚਲਾਉਂਦੇ ਉਹਨਾਂ ਤੋਂ ਪੈਸੇ ਲੈਂਦੇ ਹੋਣ। ਅੱਛਾ, ਲੇਕਿਨ ਮੈਂ ਨਾਂ ਨਹੀਂ ਲੈਣਾ, ਬਾਕੀ ਏਜੰਸੀਆਂ ਸਾਰੀਆਂ ਜਿਹੜੀਆਂ ਨੇ, ਮੈਂ ਧਰਮ ਦਾ ਉਹਨਾਂ ਦੇ ਨਾਂ ਨਹੀਂ ਲਊਂਗਾ, ਉਹ ਸਾਰੇ ਪਾਣੀ ਦੇ ਗਲਾਸ 100 ਰੁਪਈਏ ਵੇਚਦੇ ਆ। ਇਹਦਾ ਮਤਲਬ ਉਹਨਾਂ ਦੀ ਆਮਦਨ ਦਾ ਇੱਕ ਸਾਨੂੰ ਮੌਕਾ ਮਿਲ ਜਾਂਦਾ। ਇਹਦਾ ਮਤਲਬ ਉਹ ਚਾਹੁੰਦੇ ਕਿ ਇਹਨਾਂ ਦੀ ਬਿਪਤਾ ਰੋਜ਼ ਰਹੇ, ਅਤੇ ਸਿੱਖ ਜਿਹੜਾ ਉੱਥੇ ਖੜ੍ਹਾ ਹੋ ਕੇ ਕਹਿੰਦਾ ਆਓ ਵੀ ਅਸੀਂ ਤੁਹਾਨੂੰ ਫਰੀ ਰੋਟੀ ਦੇ, ਨੇਪਾਲ 'ਚ ਲੈ ਲਓ। ਸੋ ਇਹ ਕਿੱਥੋਂ ਆਈ ਸਪਿਰਿਟ? ਕਿਉਂਕਿ ਸਿੱਖ ਕਿਰਤੀ ਆ, ਉਹ ਫਿਰ ਜਦੋਂ ਕਿਸੇ ਦੀ ਮਦਦ ਕਰਨ ਲੱਗਦੇ ਨਾ, ਉਹ ਫਿਰ ਇਸ ਤਰ੍ਹਾਂ ਕਰਦੇ, ਦੇ ਡੋਂਟ ਕੇਅਰ। ਇਹਦੇ ਸਾਰਾ ਕੁਛ ਕਿੱਥੋਂ ਪਿਆ? ਇਹ ਸਾਰਾ ਕੁਛ ਮੈਂ ਆਖਦਾ ਹੈਗਾ ਗੁਰੂ ਸਾਹਿਬਾਨ ਦੇ ਦਿੱਤੇ ਹੋਏ ਉਪਦੇਸ਼ ਦਾ ਹੀ ਇੱਕ ਬੜੀ ਵੱਡੀ ਕਰਾਮਾਤ ਹੈ। ਅੱਛਾ, ਦੂਸਰੀ ਗੱਲ ਆਪਾਂ ਲੈਂਦੇ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਇੱਕ ਐਸੇ ਆਉਣ ਵਾਲੇ ਵਿਅਕਤੀ ਦੀ ਚੋਣ ਕੀਤੀ ਜਿਹੜਾ ਲਾਵਾਰਸ ਸੀ, ਭਾਵ ਕਿ ਨਾ ਉਹਨਾਂ ਦੇ ਮਾਤਾ ਸੀਗੇ ਨਾ ਉਹਦੇ ਪਿਤਾ ਸੀ, ਉਹ ਇੱਕ ਕਿਸਮ ਦੇ ਆਪਣੇ ਯਤੀਮ ਸਨ, ਔਰ ਉਹ ਯਤੀਮ ਦੇ ਮੱਥੇ ਕੋਈ ਨਹੀਂ ਸੀ ਲੱਗਣਾ ਚਾਹੁੰਦਾ ਜੀ, ਕਿਉਂਕਿ ਸਮਝਦੇ ਸੀ ਵੀ ਇਹਦਾ ਪਿਓ ਵੀ ਮਰ ਗਿਆ, ਮਾਂ ਵੀ ਮਰ ਗਿਆ, ਮੱਥਾ ਹੀ ਮਾੜਾ ਆ,
ਅਤੇ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਘੁੰਗਣੀਆਂ ਵੇਚਣ ਵਾਲੇ ਨੂੰ, ਮੈਂ ਫਿਰ ਇਹ ਕਰਜ਼ ਕਰਨਾ ਸਭ ਸਿੱਖ ਸੰਗਤਾਂ ਨੂੰ, ਇੱਕ ਬੱਕਲੀਆਂ ਵੇਚਣ ਵਾਲਿਆਂ, ਛੋਲੇ ਦੇ ਉਬਲੇ ਹੋਏ ਛੋਲੇ ਵੇਚਣ ਵਾਲੇ ਨੂੰ, ਜਿਹੜਾ ਕਿ ਗਰੀਬ ਸੀ, ਪੈਰੀ ਨੰਗਿਆ ਸੀ, ਕੱਪੜੇ ਪਾਟੇ ਹੋਏ ਪਾਏ ਹੋਏ ਸੀ, ਸਿਰ 'ਤੇ ਟੋਕਰੀ ਰੱਖੀ ਹੋਈ ਸੀ, ਇਹਦੇ ਨਾਲ ਉਸ ਨਾਲੇ ਤਾਂ ਆਪਣਾ ਗੁਜ਼ਾਰਾ ਕਰਦੇ, ਇਹਦੇ ਨਾਲ ਕਿਰਤ ਸੀ ਠੀਕ। ਉਸ ਕਿਰਤੀ ਬੱਚੇ ਨੂੰ, ਜਵਾਨ ਨੂੰ ਜਦੋਂ ਮਾਤਾ ਜੀ ਨੇ ਕਿਹਾ ਕਿ ਸਾਨੂੰ ਇਹੋ ਜਿਹਾ ਪੁੱਤਰ ਹੋਵੇ ਸਾਡੀ ਬੱਚੀ ਲਈ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਾ ਵੀ ਇਹਦੇ ਵਰਗਾ ਤਾਂ ਹੈ ਕੋਈ ਨਹੀਂ। ਉਹਨਾਂ ਵਿੱਚ ਬਾਕੀ ਤਾਂ ਸਿਫਤਾਂ ਉਹਨਾਂ ਨੇ ਪੜ੍ਹ ਲਈਆਂ ਚ ਕੌ ਕੀ ਹੈਗੇ ਗੁਣ, ਲੇਕਿਨ ਸਭ ਤੋਂ ਵੱਡੀ ਇਹ ਸੀ ਵੀ ਕਿਰਤ ਕਰਕੇ ਖਾਧਾ ਜੀ, ਇਹ ਚੋਰੀ ਨਹੀਂ ਕਰਦਾ, ਹੇਰਾ ਫੇਰੀ ਨਹੀਂ ਕਰਦਾ, ਅਤੇ ਸਾਨੂੰ ਉਹੋ ਜਿਹਾ ਬੰਦਾ ਅੱਗੋਂ ਦਾ ਆਗੂ ਚਾਹੀਦਾ ਜਿਹੜਾ ਕਿਰਤੀ ਹੋਵੇ। ਤਾਂ ਉਸ ਕਿਰਤੀ ਨੂੰ ਗੁਰੂ ਧੰਨ ਗੁਰੂ ਅਮਰਦਾਸ ਜੀ ਨੇ ਆਪਣਾ ਜਵਾਈ ਬਣਾ ਲਿਆ। ਔਰ ਅੱਜ ਦੇ ਯੁੱਗ ਵਿੱਚ ਦੇਖੋ, ਸਿੱਖਾਂ ਨੂੰ ਪਤਾ ਹੋਣਾ ਚਾਹੀਦਾ ਕਿ ਉਹ ਮਨੁੱਖ ਦੇ ਅੰਦਰ ਗੁਣ ਦੇਖੇ, ਨਾ ਕਿ ਉਹਨਾਂ ਦਾ ਮਟੀਰੀਅਲਿਸਟਿਕ ਬੈਕਗਰਾਊਂਡ ਦੇਖੀ। ਸਾਨੂੰ ਵੀ ਅੱਜ ਇਹ ਸੋਚਣਾ ਚਾਹੀਦਾ ਕਿ ਅਸੀਂ ਜਦੋਂ ਵੀ ਕਿਸੇ ਸਿੱਖ ਨਾਲ, ਜਦੋਂ ਵੀ ਕਿਸੇ ਵਿਅਕਤੀ ਨਾਲ ਅਸੀਂ ਪਿਆਰ ਪਾਉਣਾ ਹੋਵੇ ਤਾਂ ਸਾਨੂੰ ਚਾਹੀਦਾ ਕਿ ਉਹਦੇ ਗੁਣਾਂ ਦਾ, ਗੁਣਾਂ ਨੂੰ ਵੇਖਣਾ ਚਾਹੀਦਾ, ਨਾ ਕਿ ਉਹਨਾਂ ਦਾ ਮਟੀਰੀਅਲ ਦੇਖਣਾ ਚਾਹੀਦਾ। ਸੋ ਇਸ ਕਰਕੇ ਗੁਣਾਂ ਨੂੰ ਦੇਖ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਹਦਾ ਚੋਣ ਕੀਤੀ। ਦੂਜਾ ਉਹਨਾਂ ਨੇ ਇੱਕ ਬੜਾ ਵੱਡਾ ਕੰਮ ਕੀਤਾ ਕਿ ਉਸ ਵੇਲੇ ਦੱਸਦੇ ਆ ਕਿ ਬੀਬੀ ਭਾਨੀ ਜੀ 20 ਸਾਲ ਦੇ ਸੀ ਜਦੋਂ ਵਿਆਹ ਹੋਇਆ, ਹਾਲਾਂਕਿ ਉਸ ਜ਼ਮਾਨੇ ਵਿੱਚ 12-13 ਸਾਲ ਦੇ ਆਮ ਲੋਕ ਵਿਆਹ ਜਾਂਦੇ ਸੀ, ਪਰ ਸਤਿਗੁਰੂ ਜੀ ਨੇ ਇੱਕ ਇਨਕਲਾਬ ਲਿਆਂਦਾ ਕਿ ਅਸੀਂ ਛੋਟੀ ਬਚਪਨ, ਮਤਲਬ ਜਿਹੜਾ ਬਚਪਨ ਦਾ ਵਿਆਹ ਸੀ ਉਹ ਬੰਦ ਕੀਤਾ। ਇਸੇ ਤਰੀਕੇ ਨਾਲ ਉਹਨਾਂ ਨੇ ਇੱਕ ਬਹੁਤ ਵੱਡਾ ਹੋਰ ਕੰਮ ਕੀਤਾ, ਉਹ ਇਹ ਸਤੀ ਦਾ ਜੀ। ਹੁਣ ਸਤੀ ਦੀ ਰਸਮ ਜਿਹੜੀ ਸੀ ਇਹ ਬੜੀ ਖਤਰਨਾਕ ਸੀਗੀ। ਬਿਲਕੁਲ ਜੀ, ਸਤੀ ਬਹੁਤ ਪ੍ਰਚਲਿਤ ਸੀ ਉਸ ਸਮੇਂ, ਲੇਕਿਨ ਗੁਰੂ ਸਾਹਿਬ ਨੇ ਇਹ ਦ੍ਰਿੜ ਇਰਾਦੇ ਨਾਲ ਇਸ ਚੀਜ਼ ਉੱਤੇ ਆਵਾਜ਼ ਬੁਲੰਦ ਕੀਤੀ ਅਤੇ ਇਸ ਨੂੰ ਰੋਕਿਆ। ਇਹਦੇ ਬਾਰੇ ਹੋਰ ਕੀ ਕੁਛ ਹੁੰਦਾ ਹੈ ਜੀ, ਕਿਸ ਤਰੀਕੇ ਨਾਲ ਅਸੀਂ ਅਗੇਨ, ਕਿਉਂਕਿ ਹਮੇਸ਼ਾ ਸਾਡਾ ਫੋਕਸ ਹੁੰਦਾ ਕਿ ਕੀ ਕੁਛ ਅਸੀਂ ਸਿੱਖ ਕੇ ਅੱਜ ਆਪਣੇ ਜੀਵਨ ਵਿੱਚ ਇਸ ਨੂੰ ਲਾਗੂ ਕਰੀਏ, ਇਸ ਬਾਰੇ ਜਾਣਕਾਰੀ ਲੈਣੇ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਕੀ ਤੁਸੀਂ ਕਰਜ਼ੇ ਦੇ ਬੋਝ ਹੇਠ ਦੱਬੇ ਹੋ, ਸਮਝ ਨਹੀਂ ਆਉਂਦਾ ਕੀ ਕਰੋ? ਫਾਈਨੈਂਸ਼ੀਅਲ ਪ੍ਰੋਬਲਮਸ ਤੁਹਾਡੀ ਫੈਮਿਲੀ ਲਾਈਫ ਦੇ ਉੱਤੇ ਮਾੜਾ ਅਸਰ ਪਾ ਸਕਦੀਆਂ ਹਨ। ਜੇ ਤੁਸੀਂ ਇਸ ਮੁਸ਼ਕਲ 'ਚ ਹੋ ਤਾਂ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ। ਅਸੀਂ ਤੁਹਾਡੇ ਕਰਜ਼ੇ ਨੂੰ ਵੱਧ ਤੋਂ ਵੱਧ ਘਟਾ ਕੇ ਰਹਿੰਦੀ ਰਕਮ ਨੂੰ ਇੰਟਰਸਟ ਫ੍ਰੀ ਕਿਸ਼ਤਾਂ 'ਚ ਬਦਲ ਸਕਦੇ ਹਾਂ। ਅਸੀਂ ਤੁਹਾਨੂੰ ਕਰਜ਼ੇ ਤੋਂ ਮੁਕਤ ਕਰਾ ਕੇ ਨਵੀਂ ਜ਼ਿੰਦਗੀ ਜੀਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ। 1-866-794-8984 Business Solutions, ਤੁਹਾਡੀ ਪਰੇਸ਼ਾਨੀ ਵਿੱਚ ਤੁਹਾਡਾ ਸਾਥੀ। ਗਿਆਨੀ ਸਵਰਨ ਸਿੰਘ ਜੀ ਨਾਲ ਸਾਂਝ ਪਾਈ ਜਾ ਰਹੀ ਹੈ ਜੀ, ਅਤੇ ਗੁਰੂ ਸਾਹਿਬਾਨ ਦੇ ਜੀਵਨ ਵਿੱਚੋਂ ਉਹ ਇੰਪੋਰਟੈਂਟ ਚੀਜ਼ਾਂ ਜਿਹੜੀਆਂ ਕਿ ਸਾਨੂੰ ਸਮਝਣ ਦੀ ਲੋੜ ਹੈ ਉਸ ਬਾਰੇ ਇਹ ਸਾਡੇ ਨਾਲ ਸਾਂਝ ਪਾ ਰਹੇ ਨੇ ਪਿਛਲੇ ਕੁਝ ਹਫ਼ਤਿਆਂ ਤੋਂ। ਆਓ ਹੋਰ ਜਾਣਕਾਰੀ ਲੈਣੇ ਜੀ। ਗਿਆਨੀ ਜੀ, ਜਿਹੜਾ ਸਤੀ ਦੀ ਰਸਮ ਆ ਨਾ, ਇਹਨੂੰ ਡੂੰਘਾਈ ਨਾ ਸੋਚੀਏ ਵੀ ਚੱਲੀ ਕਿੱਥੋਂ ਕਿਉਂ ਚੱਲੀ ਜੀ। ਸਭ ਤੋਂ ਪਹਿਲਾਂ ਦੇਖਣਾ ਕਿ ਔਰਤ ਦਾ ਸਟੈਟਸ ਕੀ ਸੀ ਹਿੰਦੁਸਤਾਨ ਵਿੱਚ। ਇਸਤਰੀ ਜਾਤ ਦਾ ਜਿਹੜਾ ਸਟੈਟਸ ਹੈ ਉਹਨੂੰ ਅਸੀਂ ਪੜ੍ਹਾਂਗੇ ਤਾਂ ਫਿਰ ਸਾਨੂੰ ਪਤਾ ਲੱਗੇਗਾ। ਸਭ ਤੋਂ ਵੱਡਾ ਜਿਹੜਾ ਦੁਖਾਂਤ ਸੀ, ਇਸਤਰੀ ਜਾਤੀ ਨੂੰ ਮਨੁੱਖ ਨਹੀਂ ਸਮਝਿਆ ਜਾਂਦਾ ਸੀ, ਔਰ ਹਾਲੇ ਵੀ ਕਈ ਮਜ਼ਹਬ ਨਹੀਂ ਸਮਝਦੇ ਜੀ। ਦੂਜੀ ਗੱਲ ਇਹ ਸੀ ਕਿ ਇਸਤਰੀ ਜਾਤੀ ਇੱਕ ਜ਼ਹਿਰ ਦੀ ਗੱਦਲ ਸਮਝਿਆ ਜਾਂਦਾ ਸੀ। ਤੀਜਾ, ਔਰਤ ਨੂੰ ਨਾਗਣੀ ਸਮਝਿਆ ਜਾਂਦਾ ਸੀ, ਬਾਗਣ ਸਮਝਿਆ ਜਾਂਦਾ ਸੀ, ਬਘਿਆੜ ਸਮਝਿਆ ਜਾਂਦਾ ਸੀ, ਯੋਗੀ ਲਿਖਦੇ ਨੇ। ਇਸੇ ਤਰੀਕੇ ਨਾਲ ਇਸਤਰੀ ਜਾਤੀ ਜਿਹੜੀ ਆ ਇਹਨੂੰ ਪੈਰਾਂ ਦੀ ਜੁੱਤੀ ਸਮਝਿਆ ਜਾਂਦਾ ਸੀ। ਇਸੇ ਤਰੀਕੇ ਨਾਲ ਇਸਤਰੀ ਜਾਤੀ ਜਿਹੜੀ ਸੀ ਇਹਦਾ ਧਰਮ ਕੋਈ ਨਹੀਂ ਸੀਗਾ ਜੀ। ਇਸੇ ਤਰੀਕੇ ਨਾਲ ਇਸਤਰੀ ਜਾਤੀ ਜਿਹੜੀ ਸੀ ਇਹਨੂੰ ਗੁਲਾਮ ਰੱਖਣਾ ਹੀ ਇੱਕ ਬੰਦੇ ਦਾ ਸਭ ਤੋਂ ਵੱਡਾ ਕਰਤੱਵ ਆ, ਉਹਨੂੰ ਗੁਲਾਮ ਰਹਿਣਾ ਜ਼ਰੂਰੀ ਆ ਜੀ। ਅੱਛਾ, ਇਹ ਹੁਣ ਜਿਹੜੀਆਂ ਇਹ ਪਰੰਪਰਾ ਪਿਛਲੀਆਂ ਸਦੀਆਂ ਤੋਂ ਚੱਲੀਆਂ ਆ ਰਹੀਆਂ ਸੀ, ਉਹਦੇ ਪਰੰਪਰਾਵਾਂ ਦੇ ਨਾਲ ਔਰਤ ਮੇਰੇ ਖਿਆਲ 'ਚ ਸਦੀਆਂ ਤੋਂ ਗੁਲਾਮ ਆ ਰਹੀ ਸੀ ਜੀ, ਔਰ ਸ਼ਾਇਦ ਉਹ ਗੁਲਾਮ ਵੀ ਹਾਲੇ ਤੱਕ ਵੀ ਕਈਆਂ ਜਗ੍ਹਾ ਦੇ ਉੱਤੇ ਹਾਲੇ ਤੱਕ ਵੀ ਉਸੇ ਤਰ੍ਹਾਂ ਗੁਲਾਮ ਹੈ ਜੀ। ਅੱਛਾ, ਹੁਣ ਉਹ ਗੁਲਾਮੀ ਦੀਆਂ ਜਿਹੜੀਆਂ ਸੰਗਲਾਂ ਪਾਈਆਂ ਸੀ ਮਰਦ ਨੇ, ਉਸ ਗੁਲਾਮੀ ਦੀਆਂ ਸੰਗਲਾਂ ਲਾਉਣੀਆਂ ਭਾਈ ਸਾਹਿਬ ਕੋਈ ਸੌਖੀਆਂ ਨਹੀਂ ਹੈਗੀਆਂ, ਹਾਲੇ ਵੀ ਸੌਖੀਆਂ ਨਹੀਂ ਹੈਗੀਆਂ ਰਾਈਟ। ਅੱਛਾ, ਹੁਣ ਉਹਨਾਂ ਨੇ ਜਦੋਂ ਇਹ ਚੀਜ਼ ਦੇਖੀ ਸਤਿਗੁਰੂ ਸਾਹਿਬਾਨ ਨੇ, ਜਦੋਂ ਕੋਈ ਮਰਦ ਮਰ ਜਾਂਦਾ, ਇੱਕ ਕਮਾਲ ਦੀ ਗੱਲ ਹੈ, ਮੈਂ ਤਾਂ ਹੈਰਾਨ ਹਾਂ ਸਤੀ ਦੀ ਰਸਮ ਦੇ ਬਾਰੇ। ਮਰਦ ਮਰ ਜਾਵੇ ਅਤੇ ਉਹਦਾ ਰਿਸਪੋਂਸੀਬਲ ਦੀ ਔਰਤ ਆ, ਠੀਕ, ਔਰਤ ਨੇ ਉਹਦੇ ਮਰਦ ਨੂੰ ਮਾਰਿਆ ਆਪਣੇ ਨੂੰ, ਔਰ ਹਾਲੇ ਤੱਕ ਵੀ ਜਿਹੜੇ ਵਿਡੋ ਆਸ਼ਰਮ ਹੈਗੇ ਆ ਹਰਿਦੁਆਰ ਦੇ ਵਿੱਚ, ਜਿੱਥੇ ਤੁਸੀਂ ਵਾਟਰ ਐਂਡ ਵਾਟਰ ਮੂਵੀ ਕਿਤੇ ਵੇਖੀ ਹੋਵੇਗੀ, ਜਿੱਥੇ ਕਿ ਵਿਡੋ ਆਸ਼ਰਮ ਵਿੱਚ ਹਜ਼ਾਰਾਂ ਔਰਤਾਂ ਜਿਹੜੀਆਂ ਕਿ ਬਚਪਨ ਦੀਆਂ ਵਿਧਵਾਵਾਂ 8-10-10-12-12 ਸਾਲ ਦੀਆਂ
ਉਹ ਮਨੂ ਸਿਮਰਤੀ ਦੇ ਮੁਤਾਬਕ ਉਹਨਾਂ ਨੂੰ ਕੋਈ ਹੱਕ ਨਹੀਂ ਦੂਜਾ ਵਿਆਹ ਕਰਾਉਣ ਦਾ, ਔਰ ਉਹ ਰਿਸਪੋਂਸੀਬਲ ਹੈਗੇ ਕਿਸੇ ਦੀ ਮੌਤ ਦੇ ਬਾਰੇ ਆਪਣੇ ਆਦਮੀ ਦੀ। ਔਰ ਉੱਥੇ ਵਿਧਵਾ ਆਸ਼ਰਮ ਦੇ ਵਿੱਚ ਉਹ ਸਾਰੀ ਉਮਰ 12-15 ਸਾਲ ਦੀਆਂ ਔਰਤਾਂ ਹਾਲੇ ਤੱਕ ਕੁੜੀਆਂ ਸਾਰੀ ਉਮਰ ਵਿਧਵਾ ਰਹਿਣਾ ਪੈਂਦਾ ਤਾਂ ਸਿਰ ਮਨਾ ਕੇ ਤਾਂ ਆਪਣਾ ਕਲੀਨ ਸ਼ੇਵ ਕਰਕੇ ਰੱਖਣਾ ਪੈਂਦਾ। ਹੁਣ ਉਹ ਚੀਜ਼ ਜਿਹੜੀ ਆ ਹਾਲੇ ਤੱਕ ਵੀ ਸਾਡੀ ਸਰਕਾਰ ਭਾਵ ਕਿ ਹਿੰਦੁਸਤਾਨ ਦੀ ਸਰਕਾਰ ਇਸ ਚੀਜ਼ ਨੂੰ ਖਤਮ ਨਹੀਂ ਕਰ ਸਕਦੀ ਕਿ ਕਰ ਸਕੀ। ਤੁਸੀਂ ਹੁਣ ਸੋਚੋ, ਤੁਸੀਂ ਕਈ ਵਾਰ ਕਹਿੰਦੇ ਆ ਲੋਕ ਕਿਉਂ ਨਹੀਂ ਬਦਲਦੇ, ਕਿਉਂਕਿ ਬ੍ਰਾਹਮਣਵਾਦ ਦਾ ਜ਼ੋਰ ਸ਼ਕਤੀ ਦਾ ਇੰਨਾ ਆ ਕਿ ਉਹਦੇ ਖਿਲਾਫ ਸਰਕਾਰ ਕੋਈ ਵੀ ਕਦਮ ਨਹੀਂ ਚੁੱਕ ਸਕਦੀ। ਜੇ ਕਦਮ ਚੁੱਕੇਗੀ, ਰਿਮੈਂਬਰ ਕਿ ਸਾਰੀ ਇਕੋਨੋਮੀ ਹਿੰਦੁਸਤਾਨ ਦੀ ਉਸ ਲੋਟੂ ਟੋਲੇ ਦੇ ਕੋਲ ਹੈ, ਔਰ ਸਾਰਾ ਮੀਡੀਆ ਉਹਦੇ ਕੋਲ ਆ, ਧਨ ਦੌਲਤ ਸਾਰਾ ਉਹਦੇ ਕੋਲ ਆ। ਇਸ ਕਰਕੇ ਇਹੋ ਜਿਹੇ ਕਰਪਟ ਤਾਕਤ ਦੇ ਮੂਹਰੇ ਬੋਲਣਾ ਬੜਾ ਔਖਾ। ਅਤੇ ਉਸ ਵੇਲੇ ਕਾਨੂੰਨ ਬਣਾ ਦਿੱਤਾ ਕਿ ਹਰ ਔਰਤ ਦਾ ਜਦੋਂ ਮਰਦ ਮਰ ਜਾਏ ਉਹਨੂੰ ਉਹਦੇ ਨਾਲ ਜਲ ਮਲ ਕੇ ਮਰ ਜਾਣਾ ਚਾਹੀਦਾ। ਲੇਕਿਨ ਇੱਕ ਗੱਲ ਜਿਹੜੀ ਇਹ ਹੈ ਕਿ ਉਹਦੇ ਵਿੱਚ ਇੱਕ ਇਹ ਵੀ ਹੁੰਦਾ ਸੀ ਕਿ ਜਦੋਂ ਉਹ ਸਤੀ ਹੁੰਦੀ ਸੀ ਅਤੇ ਉਸ ਵੇਲੇ ਉਹਨੂੰ ਸਾਰੇ ਗਹਿਣੇ ਪਾ ਕੇ ਸਜਾਇਆ ਜਾਂਦਾ ਸੀ, ਅਤੇ ਜੋ ਵੀ ਉਹਦੇ ਵਿਆਹ ਵੇਲੇ ਸੁਹਾਗ ਦੇ ਗਹਿਣੇ ਸੀ, ਅਤੇ ਜਦੋਂ ਉਹਨੇ ਛਾਲ ਮਾਰਨੀ ਸੀ ਉਹਦੇ ਵਿੱਚ ਚਿਖਾ ਦੇ ਵਿੱਚ ਅਤੇ ਉਹਦੇ ਸਾਰੇ ਗਹਿਣੇ ਉਤਾਰੇ ਜਾਂਦੇ ਸੀ, ਔਰ ਸਾਰੇ ਸਾਰਾ ਗਹਿਣਾ ਬ੍ਰਾਹਮਣ ਕੋਲ ਜਾਂਦਾ ਸੀ। ਅੱਛਾ, ਦੂਜੀ ਗੱਲ ਇਹ ਸੀ ਕਿ ਜੇ ਉਹ ਨਹੀਂ ਵੀ ਚਾਹੁੰਦੀ ਸੀ ਮਰਨਾ ਅਤੇ ਤਾਂ ਵੀ ਉਹਨੂੰ ਧੱਕੇ ਦੇ ਨਾਲ ਲੋਕ ਫੜ ਕੇ ਬ੍ਰਾਹਮਣ ਦੇ ਪਿੱਛੇ ਲੱਗ ਕੇ ਉਹਨੂੰ ਧੱਕੇ ਨਾਲ ਸੁੱਟ ਦਿੰਦੇ ਸੀ। ਅੱਛਾ, ਹੁਣ ਜਿਹੜੀ ਆਪਣੇ ਕਰਵਾ ਚੌਥ ਦਾ ਵਰਤ ਆ ਉਹ ਵੀ ਇਹਦਾ ਹਿੱਸਾ ਆ, ਕਿਉਂਕਿ ਜਦੋਂ ਔਰੰਗਜ਼ੇਬ ਨੇ ਸਤੀ ਦੀ ਰਸਮ ਅਤੇ ਦੂਸਰੀਆਂ ਕਾਨੂੰਨੀ ਤੌਰ 'ਤੇ ਬੰਦ ਕੀਤੀਆਂ ਔਰ ਗੁਰੂ ਅਮਰਦਾਸ ਜੀ ਨੇ ਬੰਦ ਕਰੀਆਂ ਅਕਬਰ ਦੇ ਨਾਲ ਵੀ ਕਹਿ ਕੇ, ਉਸ ਵੇਲੇ ਹੋਰ ਕੁਛ ਨਹੀਂ, ਬੰਦੇ ਦੀ ਲੰਮੀ ਉਮਰ ਕਰਨ ਲਈ ਬ੍ਰਾਹਮਣ ਨੇ ਇੱਕ ਹੋਰ ਤਰੀਕਾ ਵਰਤਿਆ ਕਿ ਹੁਣ ਤੁਸੀਂ ਸਤੀ ਤਾਂ ਨਹੀਂ ਹੋ ਸਕਦੀਆਂ, ਇਸ ਕਰਕੇ ਤੁਸੀਂ ਆਪਣੇ ਪਤੀ ਦੀ ਵੱਡੀ ਉਮਰ ਕਰਨ ਲਈ ਕਰਵਾ ਚੌਥ ਦਾ ਵਰਤ ਰੱਖਿਆ ਕਰੋ ਤਾਂ ਕਿ ਤੁਹਾਡੇ ਬੰਦੇ ਦੀ ਲੰਬੀ ਉਮਰ ਹੋਵੇ। ਹੁਣ ਮਸਲਾ ਇਹ ਆ ਕਿ ਬੰਦੇ ਦੀ ਲੰਮੀ ਉਮਰ ਲਈ ਤਾਂ ਰੱਖ ਲਿਆ ਵਰਤ, ਕਿਉਂਕਿ ਬੰਦੇ ਦੀ ਉਮਰ ਲੰਮੀ ਕਰਨ ਵਾਸਤੇ, ਪਰ ਕਿਸੇ ਬੰਦੇ ਨੇ ਅੱਜ ਤੱਕ ਨਹੀਂ ਵਰਤ ਰੱਖਿਆ ਵੀ ਮੇਰੀ ਵਹੁਟੀ ਦੀ ਉਮਰ ਵੱਧ ਜਾਵੇ, ਕਿਉਂਕਿ ਉਹਨੂੰ ਅਸਲ 'ਚ ਬੰਦੇ ਨੂੰ ਲੋੜ ਨਹੀਂ ਹੈਗੀ। ਉਹਨੂੰ ਕਿਹਾ ਵੀ ਜੇ ਮਰ ਵੀ ਜਾਊਗੀ ਤਾਂ ਮੈਨੂੰ ਹੋਰ ਮਿਲ ਜਾਏਗੀ, ਅਤੇ ਜਨਾਨੀ ਨੂੰ ਕਿਹਾ ਤੂੰ ਹੋਰ ਵਿਆਹ ਨਹੀਂ ਕਰਾ ਸਕਦੀ, ਪੁਨਰਵਿਆਹ ਨਹੀਂ ਕਰਾ ਸਕਦੀ ਸੀ। ਸੋ ਇਹ ਇੱਕ ਐਸੀ ਰਸਮ ਸੀ ਜਿਹੜੀ ਕਿ ਸਾਡੀ ਕੌਮ ਲਈ ਇੱਕ ਬਹੁਤ ਵੱਡਾ ਕੋਹੜ ਸੀ। ਇਹਨੂੰ ਗੁਰੂ ਅਮਰਦਾਸ ਜੀ ਨੇ ਕੋਖ ਕੇ ਸਾਰਾ ਕੁਛ ਲੱਭ ਕੇ ਕਿਹਾ ਵੀ ਇਹ ਸਮਾਜਿਕ ਬੁਰਾਈ ਜਿਹੜੀ ਆ, ਗੈਟ ਰਿਡ ਆਫ ਦਿਸ ਆਈਡੀਆ, ਅਤੇ ਉਹਨਾਂ ਨੇ ਫਿਰ ਇਹ ਸਿੱਖ ਜਗਤ ਦੇ ਅੰਦਰ ਪ੍ਰਚਾਰ ਕਰਕੇ ਵਿਚਾਰ ਕਰਕੇ ਇਸ ਰਸਮ ਨੂੰ ਆਪਣੇ ਕੌਮ ਦੇ ਅੰਦਰ ਬੰਦ ਕਰਨ ਦੀ ਇੱਕ ਸਟਾਰਟਿੰਗ ਸ਼ੁਰੂ ਕੀਤੀ, ਅਤੇ ਇਹ ਇੱਕ ਬਹੁਤ ਵੱਡੀ ਕਾਮਯਾਬ ਉਹਨਾਂ ਦੀ ਲਹਿਰ ਚੱਲੀ। ਨਾਲ ਨਾਲ ਉਹਨਾਂ ਨੇ ਜਿੱਥੇ 22 ਮੰਜੀਆਂ ਸੀਗੀਆਂ ਬੰਦਿਆਂ ਦੀਆਂ, ਉਸ ਦੇ ਨਾਲ ਔਰਤਾਂ ਦੀਆਂ ਵੀ ਪ੍ਰਚਾਰਕ ਉਹਨਾਂ ਨੇ ਪ੍ਰਚਾਰਕ ਬੀਬੀਆਂ ਨੂੰ ਲਾਇਆ ਤਾਂ ਕਿ ਔਰਤ ਜਿਹੜੀ ਹੈਗੀ ਉਹ ਵੀ ਧਰਮ ਦੇ ਪ੍ਰਚਾਰ ਵਿੱਚ ਅੱਗੇ ਆਵੇ। ਜਿਸ ਨੂੰ ਆਮ ਤੌਰ 'ਤੇ ਸਾਡੇ ਕਹਾਵਤ ਹੁੰਦੀ ਸੀ ਜਨਾਨੀ ਗਿਆਨਣ ਅਤੇ ਭੇਡ ਸ਼ਨਾਨਣ, ਭੇਡ ਨੂੰ ਨਲਾ ਦੇ ਤਾਂ ਉਹਨੂੰ ਕਹਿੰਦੇ ਅਕਲ ਥੋੜ੍ਹਾ ਆਉਣੀ, ਤਾਂ ਜਨਾਨੀ ਨੂੰ ਵੀ ਕਹਿੰਦੇ ਹੁੰਦੇ ਸੀ ਵੀ ਜੇ ਗਿਆਨ ਇਹਨੂੰ ਕਿੱਥੇ ਆਉਣਾ, ਵੇਦਾਂ ਦਾ ਵੇਦਾਂ ਵੇਦ ਨੂੰ ਪੜ੍ਹ ਨਹੀਂ ਸੀ ਸਕਦੀ। ਔਰਤ ਜਿਹੜੀ ਆ ਉਹ ਧਾਰਮਿਕ ਸਥਾਨ ਦੇ ਉੱਤੇ ਧਰਮ ਦਾ ਪ੍ਰਚਾਰ ਨਹੀਂ ਕਰ ਸਕਦੀ ਸੀਗੀ, ਔਰ ਵੇਦਾਂ ਨੂੰ ਪੜ੍ਹ ਜੇ ਇੱਕ ਔਰਤ ਉਸਨੂੰ ਕਤਲ ਕੀਤਾ ਜਾ ਸਕਦਾ ਸੀਗਾ। ਇਹ ਇੱਕ ਬਹੁਤ ਵੱਡਾ ਦੁਖਾਂਤ ਸੀਗਾ ਕੌਮ ਦੇ ਅੰਦਰ, ਜਿਹਨੂੰ ਕਿ ਗੁਰੂ ਅਮਰਦਾਸ ਜੀ ਨੇ ਖੁੱਲ੍ਹੇ ਤੌਰ ਉੱਤੇ ਇਸਨੂੰ ਚੈਲੇਂਜ ਕਰਕੇ ਔਰਤ ਸਮਾਜ ਨੂੰ ਵੀ ਅੱਗੇ ਲਿਆਂਦਾ ਕਿ ਤਾਂ ਕਿ ਮਨੁੱਖਤਾ ਨੂੰ ਸਿੱਧੇ ਰਾਹੇ ਪਾਉਣ ਲਈ ਇਹ ਇੱਕ ਬਹੁਤ ਵੱਡਾ ਪ੍ਰਚਲਿਤ ਸਤਿਗੁਰ ਸੱਚੇ ਪਾਤਸ਼ਾਹ ਦਾ ਅਹਿਮ ਇੱਕ ਕਦਮ ਸੀ। ਔਰ ਉਹਨਾਂ ਨੇ ਬੀਬੀ ਭਾਨੀ ਨੂੰ ਅਤੇ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਦਿੱਤੀ, ਅਤੇ ਬੀਬੀ ਭਾਨੀ ਨੇ ਅਗਰ ਆਪਾਂ ਹੋਰ ਦੇਖਿਆ ਜਾਏ ਤਾਂ ਜਿੰਨਾ ਇਤਿਹਾਸ ਗੁਰੂ ਰਾਮਦਾਸ ਜੀ ਦਾ, ਜਿਨ੍ਹਾਂ ਨੇ 7 ਸਾਲ ਸਿਰਫ ਗੁਰਗੱਦੀ ਰੱਖੀ ਆ, ਉਸੇ ਅਰਸੇ ਦੇ ਦੌਰਾਨ ਵਿੱਚ ਜੋ ਬੀਬੀ ਭਾਨੀ ਦੀ ਕੰਟਰੀਬਿਊਸ਼ਨ ਪਲੱਸ ਗੁਰੂ ਰਾਮਦਾਸ ਜੀ ਦੀ ਹੈ, ਇਹਦੇ ਬਰਾਬਰ ਆਪਾਂ ਇਤਿਹਾਸ ਵਿੱਚ ਦੇਖਾਂਗੇ। ਆਉਣ ਵਾਲੀ ਸਾਰੀ ਅੰਸ਼ ਜਿਹੜੀ ਹੈ ਬੀਬੀ ਭਾਨੀ ਅਤੇ ਗੁਰੂ ਰਾਮਦਾਸ ਜੀ ਦੀ ਸਿੱਖ ਇਤਿਹਾਸ ਵਿੱਚ ਸਭ ਤੋਂ ਵੱਡਾ 4 ਸਾਹਿਬਜ਼ਾਦਿਆਂ ਤੱਕ ਬਹੁਤ ਵੱਡਾ ਮਹਾਨ ਕਾਰਨਾਮੇ ਕੀਤੇ ਨਾ, ਉਹ ਸਿਰਫ ਬੀਬੀ ਭਾਨੀ ਦੀ ਹੀ ਇੱਕ ਕੰਟਰੀਬਿਊਸ਼ਨ ਅਸੀਂ ਸਮਝਦੇ ਹਾਂ।
ਬਿਲਕੁਲ ਜੀ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਹੈਰਾਨੀ ਹੁੰਦੀ ਜੇਕਰ ਸੋਚੀਏ ਉਸ ਸਮੇਂ ਜਦੋਂ ਕਿ ਇਹੋ ਜਿਹਾ ਮਾਹੌਲ ਸੀ, ਇੱਕ ਐਡੀ ਵੱਡੀ ਦ੍ਰਿੜਤਾ ਨਾਲ ਇਹੋ ਜਿਹੇ ਕੰਮ ਕਰਨੇ ਜਿਹਦੇ ਨਾਲ ਕਿ ਸਮਾਜ ਦੇ ਵਿੱਚ ਸੁਧਾਰ ਲੈਣਾ ਅਤੇ ਉਸ ਤੋਂ ਬਾਅਦ ਉਸ ਚੀਜ਼ ਨੂੰ ਫੋਲੋ ਕਰਨਾ, ਇਹ ਵਾਕਿਆ 'ਚ ਹੀ ਕਾਬਲੇ ਤਾਰੀਫ ਹੈ, ਕਿਉਂਕਿ ਜੋ ਉਹਨਾਂ ਨੇ ਉਸ ਸਮੇਂ ਇਹ ਬੀਜ ਪਾਇਆ ਸੀ ਉਸ ਦੇ ਕਾਰਨ ਹੀ ਭਾਰਤ ਤੋਂ ਸਤੀ ਦਾ, ਉਸ ਤੋਂ ਬਾਅਦ ਅੰਗਰੇਜ਼ ਵੀ ਜਦੋਂ ਆਏ ਤਾਂ ਇਸ ਨੂੰ ਉਹਨਾਂ ਨੇ ਬੰਦ ਕੀਤਾ, ਪਰ ਇਹ ਸਿਲਸਿਲਾ ਚੱਲਦਾ ਰਿਹਾ ਜੀ। ਹੁਣ ਅੱਜ ਜੋ ਤੁਸੀਂ ਔਰਤ ਦੀ ਗੱਲ ਕਰਦੇ ਹੈਗੇ ਹਾਂ, ਥੋੜ੍ਹਾ ਜਿਹਾ ਆਪਣੇ ਸਮਾਜ ਦੀ ਅਸੀਂ ਜਦੋਂ ਗੱਲ ਕਰ ਰਹੇ ਹਾਂ ਤਾਂ ਉਹਦੇ ਵਿੱਚ ਵੀ ਅਸੀਂ ਕਹਿ ਤਾਂ ਦਿੰਦੇ ਔਰਤ ਦੀ ਬਰਾਬਰਤਾ ਦੀ ਗੱਲ ਕਰ ਲੈਂਦੇ ਹਾਂ, ਲੇਕਿਨ ਕੀ ਵਾਕਿਆ 'ਚ ਅਸੀਂ ਦੇ ਸਕੇ ਹਾਂ ਉਹ ਬਰਾਬਰਤਾ ਉਸ ਔਰਤ ਨੂੰ ਜਿਸ ਨੂੰ ਕਿ ਅਸੀਂ ਮਾਂ ਕਹਿੰਦੇ ਹਾਂ, ਭੈਣ ਕਹਿੰਦੇ ਹਾਂ, ਬੀਵੀ ਕਹਿੰਦੇ? ਦੇਖੋ ਗੱਲ ਉਹ ਹੀ ਆ ਗਈ, ਔਰਤ ਨੂੰ ਇੱਕ ਐਸੇ ਖੋਬੇ ਵਿੱਚ ਫਸਾਇਆ ਆ ਡਿਜ਼ਾਇਰ ਦੇ ਨਾਲ। ਮੈਂ ਦੇਖੋ ਮਰਦ ਦਾ ਕਸੂਰ ਨਹੀਂ ਸਾਰਾ ਗਿਣਦਾ, ਔਰਤ ਖੁਦ ਵੀ ਨਹੀਂ ਚਾਹੁੰਦੀ ਅੱਗੇ ਆਉਣਾ, ਕਿਉਂਕਿ ਔਰਤ ਜਿਹੜੀ ਨਾ ਉਹ ਗਾਰੇ 'ਚ ਫਸ ਗਈ ਆ। ਕਿਹੜੇ ਗਾਰੇ 'ਚ ਫਸ ਗਈ? ਮਰਦ ਨੇ ਉਹਨੂੰ ਸੋਨਾ ਦੇ ਦਿੱਤਾ, ਗਹਿਣੇ ਪਾ ਅਤੇ ਕੱਪੜੇ ਸੋਹਣੇ ਪਾ, ਬਸ ਮੇਰੇ ਘਰ 'ਚ ਸਜੀ ਤੁਜੀ ਰਹਿ ਤਾਂ ਕਿ ਮੈਂ ਤੈਨੂੰ ਆਪਣੀ ਤੀਵੀਂ ਬਣਾ ਕੇ ਰੱਖਾਂ ਸਾਰੀ ਉਮਰ। ਤੀਵੀਂ ਬਣਾ ਕੇ ਰੱਖਣ ਦਾ ਮਤਲਬ ਇਹ ਆ ਕਿ ਤੂੰ ਮੇਰੀ ਇੱਕ ਐਸ਼ੋ ਇਸ਼ਰਤ ਦਾ ਇੱਕ ਹਿੱਸਾ ਬਣਿਆ ਰਹਿ, ਜਿਹਦੇ ਕਰਕੇ ਔਰਤ ਜਿਹੜੀ ਨਾ ਉਹਨੇ ਗੱਲ ਦੇ ਉੱਤੇ ਉਹ ਸੈਟਿਸਫਾਈਡ ਹੋ ਗਈ ਆ, ਐਂਡ ਸ਼ੀ ਬਿਕੇਮ ਸਲੇਵ ਟੂ ਕਲੋਥਸ ਐਂਡ ਦਾ ਜਿਊਲਰੀ। ਔਰ ਇਹਦੇ ਕਰਕੇ ਤੁਸੀਂ ਦੇਖੋਗੇ ਔਰਤ ਸਮਾਜ ਸਾਡੀ ਕਿੰਨਾ ਪੜ੍ਹਿਆ ਹੋਵੇ, ਕਿੰਨੀ ਔਰਤ ਹਾਈਲੀ BSD ਡਿਗਰੀ ਕੀਤੀ ਹੋਵੇ, ਜਦ ਉਸਦਾ ਸਾਡੀ ਕੌਮ ਦੇ ਵਿੱਚ ਵਿਆਹ ਹੁੰਦਾ ਉਸ ਆਨੰਦ ਕਾਰਜ ਦੇ ਵੇਲੇ ਜਾਂ ਹਿੰਦੂਆਂ ਦੇ ਵਿਆਹ ਵੇਲੇ ਤੁਸੀਂ ਉਹਦੀ ਹਾਲਤ ਦੇਖੋਗੇ, ਉਹਨੂੰ ਪੂਰੇ ਤਰੀਕੇ ਦੇ ਨਾਲ ਡਰਾਮੇ ਦੇ ਤੌਰ ਉੱਤੇ ਇੱਕ ਕਾਰਟੂਨ ਬਣਾਇਆ ਜਾਂਦਾ, ਜਿਹੜਾ ਕਿ ਇਹ ਬਾਹਰਲੇ ਦੇਸ਼ਾਂ ਵਿੱਚ ਇੱਥੇ ਵਿਆਹ ਦੇਖਦੇ ਆ, ਸਿੰਪਲ ਕੱਪੜੇ ਪਾਏ ਹੁੰਦੇ ਆ, ਇੰਨਾ ਤਾਂ ਨਹੀਂ ਉਹ ਡੈਕੋਰੇਸ਼ਨ ਹੋਈ ਹੁੰਦੀ ਜਿੰਨੀ ਸਾਡੇ ਹੁੰਦੀ ਆ। ਸੋ ਇਸ ਕਰਕੇ ਉਹਦੇ ਕਰਕੇ ਵੀ ਔਰਤ ਜਿਹੜੀ ਨਾ ਇੱਕ ਉਹ ਖੁਦ ਵੀ ਗੁਲਾਮ ਹੈਗੀ ਆ, ਇੱਕ ਮਰਦ ਵੀ ਚਾਹੁੰਦਾ ਕਿ ਮੇਰੀ ਮਨ ਦੀ ਅਜਾਸ਼ੀ ਵਾਸਤੇ ਔਰਤ ਇੱਦਾਂ ਹੀ ਸਾਫ਼ ਸੁਥਰੀ ਸੁੰਦਰੀ ਬਣੀ ਰਹੇ ਤਾਂ ਕਿ ਮੈਂ ਆਪਣਾ ਜਿਹੜਾ ਮਨ ਦਾ ਜਿਹੜਾ ਮੇਰੀ ਡਿਜ਼ਾਇਰ ਉਹ ਪੂਰੀ ਹੁੰਦੀ ਰਹੇ, ਇਹ ਵੀ ਕਾਰਨ ਹੈਗਾ। ਦੂਜਾ ਕਾਰਨ ਇਹ ਹੈਗਾ ਕਿ ਕੁਝ ਸਾਡੇ ਜਿਹੜੇ ਪ੍ਰਚਾਰਕ ਹੈਗੇ ਆ ਉਹ ਹਾਲੇ ਤੱਕ ਵੀ ਇਹ ਕਹਿੰਦੇ ਆ ਕਿ ਔਰਤ ਜਿਹੜੀ ਹੈ ਨਾ ਇਹਦੀ ਮੁਕਤੀ ਨਹੀਂ ਹੈਗੀ, ਇਹਨੂੰ ਚਾਹੀਦਾ ਕਿ ਇਹ ਪਹਿਲਾਂ ਬੰਦੇ ਦੀ ਸੇਵਾ ਕਰੇ, ਸੇਵਾ ਕਰਨ ਤੋਂ ਬਾਅਦ ਉਹ ਬੰਦੇ ਨੂੰ ਖੁਸ਼ ਕਰੇ, ਫਿਰ ਉਹ ਬੰਦਾ ਨੂੰ ਵਰ ਦੇਵੇ ਕਿ ਤੇਰਾ ਅਗਲਾ ਜਨਮ ਮਰਦ ਦਾ ਹੋਵੇ, ਅਗਲੇ ਜਨਮ ਵਿੱਚ ਮਰਦ ਦਾ ਬਣ ਕੇ ਫਿਰ ਜਾ ਕੇ ਉਹ ਮੁਕਤੀ ਪ੍ਰਾਪਤ ਕਰ ਸਕਦੀ ਹੈ। ਇਹ ਸਾਡੇ ਵੀ ਕਈ ਧਾਰਮਿਕ ਲੀਡਰਾਂ ਨੇ ਇਸ ਆਈਡੀਏ ਨੂੰ ਪ੍ਰਚਾਰਨਾ ਸ਼ੁਰੂ ਕੀਤਾ ਹੋਇਆ ਔਰ ਹੁਣ ਵੀ ਕਰਦੇ ਨੇ। ਫਿਰ ਪੰਜਾਂ ਪਿਆਰਿਆਂ 'ਚ ਇਹਨਾਂ 'ਚ ਸ਼ਾਮਲ ਨਹੀਂ ਸੀ ਹੋਈ, ਕਿਉਂਕਿ ਪੰਜਾਂ ਪਿਆਰਿਆਂ ਵਿੱਚ ਪੰਜ ਬੰਦੇ ਹੀ ਆਏ ਸੀਗੇ, ਔਰਤ ਗਈ ਨਹੀਂ ਸੀਗੀ। ਉਹ ਭਲੇ ਲੋਕੋ, ਪੰਜ ਪਿਆਰਿਆਂ ਵਿੱਚ ਠੀਕ ਆ ਪੰਜ ਪਿਆਰਿਆਂ 'ਚ ਮਰਦ ਸੀ, ਅਤੇ ਉਸ ਵੇਲੇ ਔਰਤ ਕੀ ਪਤਾ ਆਉਣ ਦਿੱਤੀਆਂ ਕਿ ਨਹੀਂ ਦਿੱਤੀਆਂ, ਉਸ ਵੇਲੇ ਆਈਆਂ ਜਾਂ ਨਹੀਂ ਸੀ, ਨੋਬਡੀ ਨੋਜ਼। ਔਰ ਦੂਜੀ ਗੱਲ 'ਚ ਇਹ ਵੀ ਗੱਲ ਹੋਵੇ ਅਤੇ ਮਾਤਾ ਜਿਹੜੀ ਮਾਤਾ ਜੀ ਨੇ ਜਿਹੜੇ ਪਤਾਸੇ ਪਾਏ ਸੀ ਤਾਂ ਉਹ ਔਰਤ ਸੀ ਨਾ, ਜਿਸ ਨੇ ਅੰਮ੍ਰਿਤ ਤਿਆਰ ਕੀਤਾ, ਜਿਹਦੇ ਬਗੈਰ ਅੰਮ੍ਰਿਤ ਤਿਆਰ ਨਹੀਂ ਹੋ ਸਕਦਾ। ਸਾਡੇ ਲੋਕਾਂ ਨੇ ਐਸੀਆਂ ਕਹਾਣੀਆਂ ਜਿਹੜੇ ਬ੍ਰਾਹਮਣਵਾਦ ਦੀ ਸੋਚ ਦੇ ਸਾਡੇ ਵਿੱਚ ਵੀ ਪ੍ਰਚਾਰਕ ਹੈਗੇ ਨਾ, ਉਹ ਵੀ ਕਹਾਣੀਆਂ ਇਹੋ ਜਿਹੀਆਂ ਬਣਾਉਂਦੇ ਆ ਤਾਂ ਕਿ ਔਰਤ ਜਿਹੜੀ ਮਰਦ ਨਾਲੋਂ ਇਨਫੀਰੀਅਰ ਰਹੇ। ਐਂਡ ਉਹੀ ਮਰਦ ਪ੍ਰਧਾਨ ਸੁਸਾਇਟੀ ਦਾ ਜਿਹੜਾ ਕੋਨਸੈਪਟ ਸੀ ਉਸ ਸਮੇਂ ਸੀ, ਅੱਜ ਵੀ ਉਹੀ ਜਿਹੜੀ ਹੈਗੀ ਹੈ ਉਹੀ ਚੀਜ਼ ਚੱਲ ਰਹੀ। ਪਰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇਹਦੇ ਵੀ ਦੋ ਪੱਖ ਹੈਗੇ ਨੇ, ਪਰ ਅਗੇਨ ਸਾਨੂੰ ਜਿਹੜਾ ਬਰਾਬਰਤਾ ਦਾ ਇੱਕ ਅਧਿਕਾਰ, ਬਰਾਬਰਤਾ ਦੀ ਸੋਚ ਦਿੱਤੀ ਗਈ ਗੁਰੂ ਵੱਲੋਂ, ਉਸਨੂੰ ਜ਼ਰੂਰ ਬਰਕਰਾਰ ਰੱਖਣਾ ਚਾਹੀਦਾ, ਉਸਨੂੰ ਮਜ਼ਬੂਤ ਕਰਨਾ ਚਾਹੀਦਾ। ਬਿਲਕੁਲ, ਤੁਹਾਡਾ ਬਹੁਤ ਧੰਨਵਾਦ ਜੀ ਇੱਥੇ ਆ ਕੇ ਸਾਂਝ ਪਾਉਣ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਇਸ ਦੇ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ। ਫੀਡਬੈਕ ਜ਼ਰੂਰ ਦੇਣਾ 604-603-7575 ਜਾਂ ਫਿਰ ਈਮੇਲ ਰਾਹੀਂ ਵੀ ਸੰਪਰਕ ਕਰ ਸਕਦੇ ਹੋ, letstalkjoytv@gmail.com। ਯਾਨੀ ਸਵਰਨ ਸਿੰਘ ਜੀ ਸਰੀ ਵਿੱਚ ਹੀ ਰਹਿੰਦੇ ਨੇ, ਤੁਸੀਂ ਇਹਨਾਂ ਨਾਲ ਵੀ ਸੰਪਰਕ ਬਣਾ ਸਕਦੇ ਹੋ। ਲੈਣਾ ਆ ਗਿਆ, ਫਿਰ ਮੁਲਾਕਾਤ ਕਰਾਂਗੇ, ਤਦ ਤੱਕ।